ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕੱਲ੍ਹ ਵੀ ਸੋਹਣਾ ਮੀਂਹ ਪਿਆ। ਮੀਂਹ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਪਰ ਇਹ ਵੀ ਖਬਰਾਂ ਮਿਲ ਰਹੀਆਂ ਕਿ ਲਗਾਤਾਰ ਬਾਰਡਰਾਂ ਦੇ ਉੱਤੇ ਮੀਂਹ ਪੈਣ ਦੇ ਕਰਕੇ ਉੱਥੇ ਟੈਂਟਾਂ ਦੇ ਵਿੱਚ ਆ ਕੇ ਪਾਣੀ ਖੜ੍ਹ ਗਿਆ। ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਰੇਸ਼ਾਨ ਆ। ਉਹ ਵਿਚਾਰੇ ਉੱਚੀ ਥਾਂ ਦੇ ਵੱਲ ਜਾਂਦੇ ਆ, ਜੇ ਉੱਥੇ ਮੀਂਹ ਦੇ ਕਰਕੇ ਅਤੇ ਪਾਣੀ ਭਰਦਾ ਤਾਂ ਫਿਰ ਉਹ ਕਿਸੇ ਹੋਰ ਥਾਂ ਦੇ ਉੱਤੇ ਆਪਣੇ ਗਦੇਲੇ ਗੱਦੇ ਚੱਕ ਕੇ ਜਾਂਦੇ ਆ। ਮਤਲਬ ਇਹ ਆ ਵੀ ਉੱਥੇ ਹਾਲਾਤ ਬਹੁਤੇ ਵਧੀਆ ਨਹੀਂ। ਜਦੋਂ ਬਾਰਡਰਾਂ ਦੇ ਉੱਤੇ ਮੈਂ ਆਪ ਵੀ ਦੇਖ ਕੇ ਆਇਆ, ਮੀਂਹ ਪਿਆ ਹੋਵੇ ਅਤੇ ਉਸ ਤੋਂ ਬਾਅਦ ਬਦਬੂ ਬਹੁਤ ਆਉਂਦੀ ਹੈ, ਉੱਥੇ ਮੁਸ਼ਕ ਮਾਰਦਾ, ਕਿਉਂਕਿ ਉੱਥੇ ਕਿਹੜਾ ਜਾ ਕੇ ਸਫਾਈ ਕਰਦਾ ਪ੍ਰਸ਼ਾਸਨ, ਨਾ ਉੱਥੇ ਨਗਰ ਨਿਗਮ ਦੇ ਕਰਮਚਾਰੀ ਬਹੁਤਾ ਕੁਝ ਕਰਦੇ ਆ। ਸੋ ਕਿਸਾਨ ਜਿੰਨਾ ਕੁ ਕਰ ਲੈਣ ਉਹ ਵਿਚਾਰੇ ਆਪ ਹੀ ਕਰਦੇ ਆ। ਆਪ ਉਹਨਾਂ ਨੇ ਸੰਘਰਸ਼ ਵੀ ਕਰਨਾ, ਸਫਾਈ ਵੀ ਕਰਨੀ ਆ, ਰੋਟੀ ਟੁੱਕ ਦਾ ਪ੍ਰਬੰਧ ਵੀ ਕਰਨਾ, ਟੱਬਰ ਟੀਰ ਦੇ ਵੱਲ ਵੀ ਖਿਆਲ ਕਰਨਾ। ਸੋ ਸਾਰਾ ਕੁਝ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਦੇ ਉੱਤੇ ਖੜ੍ਹਾ, ਪਰ ਗੱਲ ਇਹ ਆ ਵੀ ਉਹ ਸਿਰੜ ਦੇ ਨਾਲ ਲੱਗੇ ਹੋਏ ਆ। ਮੈਂ ਹਰ ਰੋਜ਼ ਇਹ ਬੇਨਤੀ ਕਰਦਾ ਵੀ ਸਿਰੜੀ ਲੋਕਾਂ ਨੂੰ ਸਲਾਮ ਕਰਿਆ ਕਰੀਏ ਨਗੋਚ ਕੱਢਣ ਦੀ ਥਾਂ 'ਤੇ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ ਅਤੇ ਪੰਜਾਬ ਦੇ ਵਿੱਚ ਚੋਖਾ ਮੀਂਹ ਪੈਣ ਦੀ ਸੰਭਾਵਨਾ, ਇਹ ਵੀ ਗੱਲ ਦੱਸੀ ਗਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਕਾਂਗਰਸ ਦੇ ਨਾਲ ਸੰਬੰਧਿਤ। ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਕਿਸੇ ਦੀ ਨਹੀਂ ਸੀ ਮੰਨਦੇ ਅਤੇ ਅੱਜ ਨਵਜੋਤ ਸਿੰਘ ਸਿੱਧੂ ਟਵੀਟ ਕਰਕੇ ਗੱਲ ਕਹਿੰਦੇ ਕਿ ਹਵਾ ਦਾ ਰੁੱਖ ਬਦਲ ਗਿਆ। ਤੁਹਾਨੂੰ ਚੇਤੇ ਹੋਣਾ, ਅਸੀਂ ਬਹੁਤ ਵਾਰ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਸਾਂਝੀਆਂ ਕੀਤੀਆਂ ਕਿ ਫਲਾਣੇ ਫਲਾਣੇ ਕਾਂਗਰਸੀ ਵਿਧਾਇਕਾਂ ਨੇ ਗੱਲ ਕਹੀ ਆ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਆ। ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਾਨੂੰ ਇਹ ਪ੍ਰਤੀਤ ਹੁੰਦਾ ਵੀ ਹਾਲੇ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਆ। ਸਾਡੀ ਕੋਈ ਥਾਣੇਦਾਰ ਨਹੀਂ ਸੁਣਦਾ, ਸਾਡੀ ਕੋਈ SSP ਨਹੀਂ ਸੁਣਦਾ, ਸਾਡੀ ਕੋਈ ਤਹਿਸੀਲਦਾਰ ਨਹੀਂ ਸੁਣਦਾ, ਅਸੀਂ ਕਾਹਦੇ MLA ਆ। ਬਹੁਤ ਸਾਰੇ ਵਿਧਾਇਕਾਂ ਨੇ ਗੱਲ ਕਹੀ ਸੀ ਕਿ ਕੈਪਟਨ ਸਾਹਿਬ ਮਿਲਣ ਦਾ ਸਮਾਂ ਨਹੀਂ ਦਿੰਦੇ, ਅਫਸਰਸ਼ਾਹੀ ਸਾਨੂੰ ਟਿੱਚ ਜਾਣਦੀ ਆ। ਇੱਕ ਵਾਰ ਇੱਕ ਵਿਧਾਇਕ ਨੇ ਗੱਲ ਕਹੀ ਸੀ, ਕਾਂਗਰਸੀ ਵਿਧਾਇਕ ਨੇ, ਕਿ ਮੈਂ ਇੱਕ ਤਹਿਸੀਲਦਾਰ ਨੂੰ ਫੋਨ ਕੀਤਾ, ਮੈਂ ਇਹ ਬੇਨਤੀ ਕੀਤੀ ਜੀ ਕਿ ਸਾਡਾ ਇੱਕ ਬਹੁਤ ਨੇੜਲਾ ਆ ਰਿਹਾ ਰਜਿਸਟਰੀ ਕਰਵਾਉਣ ਦੇ ਲਈ, ਜੈਨੂਅਨ ਕੰਮ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ, ਤੁਸੀਂ ਇਹਦੀ ਰਜਿਸਟਰੀ ਪਹਿਲ ਦੇ ਆਧਾਰ 'ਤੇ ਕਰ ਦਿਓ। ਉਸ ਵਿਧਾਇਕ ਨੇ ਇਹ ਦੋਸ਼ ਲਾਇਆ ਸੀ ਕਿ ਤਹਿਸੀਲਦਾਰ ਨੂੰ ਮੈਂ ਫੋਨ ਕੀਤਾ, ਇਸ ਦੇ ਬਾਵਜੂਦ ਉਹਨੇ 10,000 ਰੁਪਈਆ ਉਸ ਬੰਦੇ ਕੋਲੋਂ ਲੈ ਲਿਆ ਜਿਹਨੂੰ ਮੈਂ ਰਜਿਸਟਰੀ ਕਰਵਾਉਣ ਦੇ ਵਾਸਤੇ ਭੇਜਿਆ ਸੀ। ਅਤੇ ਨਾਲ ਇਹ ਵੀ ਗੱਲ ਕਹੀ ਗਈ ਵੀ ਜੇਕਰ ਵਿਧਾਇਕ ਸਾਹਿਬ ਦਾ ਫੋਨ ਨਾ ਆਉਂਦਾ ਫਿਰ ਸ਼ਾਇਦ 20-25 ਹਜ਼ਾਰ ਰੁਪਈਆ ਲੱਗ ਜਾਣਾ ਸੀ। ਉਦੋਂ ਵਿਧਾਇਕ ਪਿੱਟਿਆ ਸੀ, ਉਹ ਕਹਿੰਦਾ ਜੇਕਰ ਸਾਡੇ ਫੋਨ ਕਰੇ ਦੇ ਉੱਤੇ ਵੀ ਆਹ ਹਾਲਾਤ ਆ ਤਾਂ ਫਿਰ ਅਸੀਂ ਵਿਧਾਇਕ ਹੋਈਏ ਜਾਂ ਨਾ ਹੋਈਏ, ਇਹ ਅਸੀਂ ਕਿਹੜੇ ਰੁਤਬਿਆਂ ਦੇ ਉੱਤੇ ਬੈਠੇ ਆ। ਪਰ ਉਹਦੀ ਉਦੋਂ ਪੁੱਛ ਪ੍ਰਤੀਤ ਨਹੀਂ ਸੀ ਹੋਈ। ਜਦੋਂ ਵੀ ਲੰਘੇ 4 ਸਾਲਾਂ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਵਿਰੋਧ ਕੀਤਾ, ਜਦੋਂ ਵੀ ਇਹ ਗੱਲ ਕਹੀ ਜੀ ਕਿ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਕਿਵੇਂ, ਸਾਨੂੰ ਜੇਕਰ ਤੁਸੀਂ ਟਿਕਟ ਦੇ ਤੀ ਅਗਲੀ ਵਾਰ ਵੀ, ਯਾਨੀ ਕਿ 2022 ਦੇ ਵਿੱਚ ਵੀ, ਤਾਂ ਲੋਕ ਤਾਂ ਸਾਡੇ ਲੀੜੇ ਪਾੜਨਗੇ ਵੀ ਅਸੀਂ ਕੀਤਾ ਕੁਝ ਨਹੀਂ, ਅਸੀਂ ਕਰੀਏ ਕਿਵੇਂ ਜਦੋਂ ਸਰਕਾਰ ਕਰਦੀ ਕੁਝ ਨਹੀਂ, ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਜਦੋਂ ਨਹੀਂ ਕਰਦੇ ਤਾਂ ਫਿਰ ਅਸੀਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ। ਇਹ ਬਹੁਤ ਵਾਰ ਗੱਲਾਂ ਕੀਤੀਆਂ ਵਿਧਾਇਕਾਂ ਨੇ, ਪਰ ਹੁਣ ਬਾਜ਼ੀ ਪਲਟ ਗਈ ਹੈ। ਹੁਣ ਬਾਜ਼ੀ ਇਸ ਕਦਰ ਪਲਟੀ ਹੈ ਵੀ 62 ਵਿਧਾਇਕ ਆ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ੍ਹੇ ਆ ਥੰਮ ਬਣ ਕੇ, ਅਤੇ ਉਹਨਾਂ ਵਿਧਾਇਕਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਨਵਜੋਤ ਸਿੱਧੂ ਨਾਲ ਜਾ ਕੇ ਮੱਥਾ ਵੀ ਟੇਕਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕੱਲ੍ਹ ਤੱਕ ਇਹ ਗੱਲ ਕਹਿੰਦੇ ਸੀ ਵੀ ਪੰਜਾਬ ਨੂੰ ਮੈਂ ਹੀ ਸਾਰਾ ਕੁਝ ਕਰ ਸਕਦਾ, ਜਿਹੜੇ ਜਿੱਤਣ ਤੋਂ ਬਾਅਦ ਕਹਿੰਦੇ ਸੀ 3 ਕੁ ਮਹੀਨਿਆਂ ਬਾਅਦ ਕਿ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ, ਜਿੰਨੀ ਦੇਰ ਤੱਕ ਸਾਰੇ ਮਸਲੇ ਹੱਲ ਨਹੀਂ ਹੁੰਦੇ ਉਨੀ ਦੇਰ ਤੱਕ ਭਾਈ ਮੈਂ ਰਾਜਨੀਤੀ ਤੋਂ ਸੰਨਿਆਸ ਨਹੀਂ ਲੈਣਾ, ਮੈਂ ਕੋਈ ਸਵਾਰਥੀ ਥੋੜ੍ਹੀ ਹਾਂ, ਵੀ ਭਾਈ ਮੁੱਖ ਮੰਤਰੀ ਬਣ ਗਿਆ, ਸ਼ਾਸਨ ਮੁੱਕ ਗਿਆ ਅਤੇ ਗੱਲ ਖਤਮ ਹੋ ਗਈ, ਮੈਂ ਤਾਂ ਉਨੀ ਦੇਰ ਤੱਕ ਰਾਜਨੀਤੀ ਦੇ ਵਿੱਚ ਸਰਗਰਮ ਰਹੂੰਗਾ ਜਿੰਨੀ ਦੇਰ ਤੱਕ ਪੰਜਾਬ ਦਾ ਇਕੱਲਾ ਮਸਲਾ ਹੱਲ ਨਹੀਂ ਹੋ ਜਾਂਦਾ। ਅਤੇ ਹੁਣ ਲੋਕ ਹੱਸਦੇ ਆ ਵੀ 4.5 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਕਿਹੜੇ ਕਿਹੜੇ ਮਸਲੇ ਹੱਲ ਕੀਤੇ, ਇੱਕ ਤਾਂ ਇਹ ਦੱਸ ਦੇਣ, ਅਤੇ 6 ਮਹੀਨਿਆਂ ਦੇ ਵਿੱਚ ਕਿਹੜੇ ਕਿਹੜੇ ਹੱਲ ਕਰ ਦੇਣੇ ਸੀ, ਫਿਰ ਇਹ ਵੀ ਗੱਲ ਦੱਸ ਦੇਣ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹ ਦਰਬਾਰ ਸਾਹਿਬ ਦੇ ਵਿੱਚ ਗਏ ਲੰਘੇ ਕੱਲ੍ਹ, ਹੋਰ ਵੱਖ ਵੱਖ ਧਾਰਮਿਕ ਥਾਵਾਂ ਦੇ ਉੱਤੇ ਗਏ, ਉਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਦੱਸਿਆ ਜਾ ਰਿਹਾ ਕਿ ਮੇਰੇ ਹੱਕ ਦੇ ਵਿੱਚ ਕਿੰਨੇ ਵਿਧਾਇਕ ਆ ਅਤੇ ਕਿੰਨੇ ਮੇਰੇ ਹੱਕ ਦੇ ਵਿੱਚ ਮੰਤਰੀ ਆ। ਇੱਕ ਹੋਰ ਕਮਾਲ ਦੀ ਗੱਲ ਲੰਘੇ ਕੱਲ੍ਹ ਆਥਣ ਦੇ ਵੇਲੇ ਨਵਜੋਤ ਸਿੱਧੂ ਨੇ ਕਰਤੀ, ਉਹਨਾਂ ਨੇ 65 ਵਿਧਾਇਕਾਂ ਦੇ ਵੱਲੋਂ ਦਸਤਖਤ ਕੀਤਾ ਗਿਆ ਇੱਕ ਸੱਦਾ ਪੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਕਿ 23 ਤਰੀਕ ਨੂੰ ਮੇਰੀ ਤਾਜਪੋਸ਼ੀ ਹੋਣੀ ਹੈ ਚੰਡੀਗੜ੍ਹ ਦੇ ਵਿੱਚ, ਮੈਂ ਕਾਂਗਰਸ ਦਾ ਪ੍ਰਧਾਨ ਬਣਨਾ, ਉੱਥੇ ਮੈਂ ਕੁਰਸੀ 'ਤੇ ਬਹਿਣਾ, ਤੁਸੀਂ ਵੀ ਉੱਥੇ ਆਇਓ। ਉਹਨਾਂ ਨੇ ਇਹ ਸੱਦਾ ਪੱਤਰ ਭੇਜ ਕੇ 65 ਵਿਧਾਇਕਾਂ ਦੇ ਦਸਤਖਤਾਂ ਵਾਲਾ ਇੱਕ ਤੀਰ ਨਾਲ ਦੋਸ਼ਕਾਰ ਕੀਤੇ ਆ। ਇੱਕ ਤਾਂ ਉਹਨਾਂ ਨੇ ਆਪਦੇ ਵੱਲੋਂ ਸੱਦਾ ਪੱਤਰ ਵੀ ਭੇਜ ਦਿੱਤਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਆਇਓ ਜ਼ਰੂਰ, ਅਤੇ ਦੂਜਾ ਇਹ ਵੀ ਦੱਸ ਦਿੱਤਾ ਕਿ 65 ਵਿਧਾਇਕ ਮੇਰੇ ਨਾਲ ਆ, ਫਿਰ ਤੁਹਾਡੇ ਨਾਲ ਕਿੰਨੇ ਕੁ ਖੜ੍ਹੇ, ਹੁਣ ਇਹ ਵੀ ਦੇਖ ਲਓ 65 ਵਿਧਾਇਕਾਂ ਦੇ ਦਸਤਖਤ ਆ ਉਸ ਸੱਦੇ ਪੱਤਰ ਦੇ ਥੱਲੇ। ਸੋ ਇਹ ਵੀ ਜਾਣਕਾਰੀ ਮਿਲੀ ਹੈ ਜੀ ਕਿ ਸ਼ਾਇਦ ਰਾਹੁਲ ਗਾਂਧੀ ਹੋਰੀ ਵੀ ਆ ਜਾਣ, ਇਹ ਅੰਦਾਜ਼ੇ ਆ, ਪੱਕਾ ਨਹੀਂ,
ਪਰ ਜੇਕਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਮੌਕੇ ਰਾਹੁਲ ਗਾਂਧੀ ਹੋਰੀ ਵੀ ਆ ਜਾਂਦੇ ਆ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪਿੜ ਪੱਲੇ ਕੀ ਰਹਿ ਜਾਂਦਾ ਸੋਚਣ ਵਿਚਾਰਨ ਵਾਲੀ ਗੱਲ ਇਹ ਆ। ਪਰ ਇਹ ਕੁਝ ਇੱਕਦਮ ਨਹੀਂ ਹੋਇਆ, ਇਹ ਕੁਝ ਘੰਟਿਆਂ ਦੇ ਵਿੱਚ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਤਲੀ ਦੇ ਉੱਤੇ ਸਰੋਂ ਜਮਾ ਕੇ ਨਹੀਂ ਦਿਖਾਈ, ਨਾ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਿਆ ਅਤੇ ਨਾ ਹੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਭਰੋਸਾ ਜਿੱਤਿਆ। ਕੁਝ ਕੁ ਲੋਕ ਹਾਲੇ ਕੈਪਟਨ ਸਾਹਿਬ ਦੇ ਨਾਲ ਆ, ਕੁਝ ਕੁ ਮੰਤਰੀ ਉਹਨਾਂ ਦੇ ਨਾਲ ਆ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸਾਧੂ ਸਿੰਘ ਧਰਮਸੋਤ ਆ, ਜਿਹਦੇ ਵਿੱਚ ਵਿਜੇਂਦਰ ਸਿੰਗਲਾ, ਜਿਹਦੇ ਵਿੱਚ ਬ੍ਰਹਮ ਮਹਿੰਦਰਾ ਅਤੇ 10-12 ਜਿਹੜੇ ਉਹ ਵਿਧਾਇਕ ਆ ਸਮੇਤ ਸੁਖਪਾਲ ਸਿੰਘ ਖਹਿਰਾ ਦੇ, ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ੍ਹੇ ਆ, ਸ਼ਰੇਆਮ ਖੜ੍ਹੇ ਆ। ਅਤੇ ਲੰਘੇ ਕੱਲ੍ਹ ਬ੍ਰਹਮ ਮਹਿੰਦਰਾ ਨੇ ਵੀ ਗੱਲ ਕਹੀ ਸੀ, ਉਹ ਕਹਿੰਦੇ ਜੀ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਸਾਰੀਆਂ ਗੱਲਾਂ ਕਲੀਅਰ ਕਰਨ, ਉਸ ਤੋਂ ਬਾਅਦ ਮੈਂ ਸਿੱਧੂ ਨੂੰ ਮਿਲੂੰਗਾ। ਪਰ ਹਾਲ ਦੀ ਕੜੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਸਿੱਧੂ ਦੇ ਵੱਲੋਂ ਕਿ ਮੈਂ ਮਿਲਣਾ ਚਾਹੁੰਦਾ ਜਾਂ ਨਹੀਂ। ਕੈਪਟਨ ਅਮਰਿੰਦਰ ਸਿੰਘ ਦਾ ਉਹੀ ਅੜੀਅਲ ਰਵੱਈਆ ਕਿ ਪਹਿਲਾਂ ਮਾਫ਼ੀ ਮੰਗੇ ਜਨਤਕ ਤੌਰ ਦੇ ਉੱਤੇ ਅਤੇ ਫਿਰ ਅਸੀਂ ਅਗਲੀ ਗੱਲ ਕਰ ਸਕਦੇ ਹਾਂ, ਫਿਰ ਮੈਂ ਮਿਲੂੰਗਾ ਨਵਜੋਤ ਸਿੰਘ ਨੂੰ। ਪਰ ਮੈਨੂੰ ਪ੍ਰਤੀਤ ਹੁੰਦਾ ਇੱਦਾਂ ਵੀ ਬਹੁਤੀ ਲੋੜ ਮਿਲਣ ਗਿਲਣ ਦੀ ਰਹਿ ਨਹੀਂ ਗਈ, ਕਿਉਂਕਿ ਮਿਲ ਕੇ ਵੀ ਕਿਹੜਾ ਆਪਾਂ ਇੱਕ ਹੋ ਜਾਣਾ। ਹੁਣ ਤੱਕ ਕਿੰਨੀ ਵਾਰ ਕੈਪਟਨ ਸਾਹਿਬ ਨੇ ਕਿਹਾ ਸਿੱਧੂ ਮੇਰੇ ਪੁੱਤਾਂ ਵਰਗਾ, ਅਤੇ ਸਿੱਧੂ ਨੇ ਕਿੰਨੀ ਵਾਰ ਕਿਹਾ ਵੀ ਕੈਪਟਨ ਮੇਰੇ ਪਿਤਾ ਵਰਗਾ। ਪਰ ਵਰਗਾ ਹੀ ਰਹਿ ਗਿਆ, ਹੋਇਆ ਕੁਝ ਨਹੀਂ, ਨੇੜਤਾ ਨਹੀਂ ਬਣੀ, ਦੂਰੀਆਂ ਬਰਕਰਾਰ ਆ, ਸਗੋਂ ਵਧ ਗਈਆਂ। ਅਤੇ ਹੁਣ ਜਦੋਂ ਸਿੱਧੂ ਹੋਰੀ ਟਵੀਟ ਕਰਕੇ ਗੱਲ ਕਹਿੰਦੇ ਆ ਕਿ ਹਵਾ ਦਾ ਰੁੱਖ ਬਦਲ ਗਿਆ ਅਤੇ ਬਹੁਤ ਕੁਝ ਹੋਊਗਾ ਅਤੇ ਮੇਰਾ ਰਾਜਨੀਤਿਕ ਸਫ਼ਰ ਤਾਂ ਹੁਣ ਸ਼ੁਰੂ ਹੋਇਆ, ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦਾ ਕਲੇਸ਼ ਹਾਲੇ ਮੁੱਕਿਆ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਦੋ ਧੜੇ ਬਣ ਗਏ ਨੇ। ਕੈਪਟਨ ਧੜਾ ਕਹਿ ਰਿਹਾ ਕਿ ਸਿੱਧੂ ਪਹਿਲਾਂ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗੇ ਅਤੇ ਫਿਰ ਉਹਨਾਂ ਨਾਲ ਚੱਲਾਂਗੇ। ਉੱਧਰ ਸਿੱਧੂ ਧੜੇ ਦੇ ਨੇਤਾ ਕਹਿ ਰਹੇ ਆ ਕਿ ਮਾਫ਼ੀ ਕਾਹਦੀ ਜਦੋਂ ਸਿੱਧੂ ਨੇ ਕੋਈ ਗਲਤ ਕੰਮ ਕੀਤਾ ਹੀ ਨਹੀਂ। ਲੰਘੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇਤਾਵਾਂ ਨੇ ਸਾਫ਼ ਕਰ ਦਿੱਤਾ ਕਿ ਸਿੱਧੂ ਨੂੰ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ। ਵਿਧਾਇਕ ਮਦਨ ਲਾਲ ਜਲਾਲਪੁਰਾ, ਸੰਗਤ ਸਿੰਘ ਗਿਲਜੀਆਂ, ਪ੍ਰਗਟ ਸਿੰਘ ਅਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫ਼ੀ ਮੰਗਣ ਦੀ ਕੀ ਲੋੜ ਹੈ। ਉਹਨਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਸਪਸ਼ਟ ਕਰ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਦੱਸਣਾ ਬਣਦਾ ਕਿ ਕੈਪਟਨ ਨੇ ਆਪਣਾ ਸਟੈਂਡ ਮੁੜ ਦੁਹਰਾਇਆ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਖਿਲਾਫ਼ ਕੀਤੇ ਗਏ ਅਪਮਾਨਜਨਕ ਹਮਲਿਆਂ ਦੇ ਲਈ ਜਨਤਕ ਤੌਰ ਦੇ ਉੱਤੇ ਮਾਫ਼ੀ ਨਹੀਂ ਮੰਗਦੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ, ਹੋ ਸਕਦਾ ਕਿ ਮੈਂ ਕੁਝ ਹੱਦ ਤੱਕ ਗਲਤ ਵੀ ਹੋਵਾਂ, ਕਿ ਇਸ ਵਕਤ ਗੱਲ ਮਾਫ਼ੀ ਮੰਗਣ ਅਤੇ ਮਾਫ਼ੀ ਦੇਣ ਤੋਂ ਕਾਫ਼ੀ ਉੱਤੇ ਨਿਕਲ ਗਈ ਹੈ। ਕਿਉਂਕਿ ਇਹ ਉਹ ਵੇਲਾ ਨਹੀਂ ਹੈ ਵੀ ਜਦੋਂ ਮਾਫ਼ੀ ਮੰਗਦਾ ਨਵਜੋਤ ਸਿੰਘ ਸਿੱਧੂ, ਕਿਉਂਕਿ ਇਹ ਗੱਲਾਂ ਕਈ ਸਾਲ ਪਹਿਲਾਂ ਦੀਆਂ। ਜਿਸ ਤਰੀਕੇ ਦੀ ਵਿਗੜੀ ਹੋਈ ਹੈ, ਮੈਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਮਾਫ਼ੀ ਮੰਗਣਗੇ। ਇਉਂ ਤਾਂ ਹੋ ਸਕਦਾ ਸਿੱਧੂ ਹੋਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਹਿਣ ਵੀ ਪਿਛਲੇ ਦਿਨੀਂ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਗੱਲ ਕਹੀ ਸੀ ਵੀ ਸਾਨੂੰ ਭਰੋਸੇਯੋਗ ਸੂਤਰਾਂ ਨੇ ਕਿਹਾ ਵੀ ਕਈ ਵਾਰ ਸਿੱਧੂ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਹੋ ਗਈ ਹੈ, ਇਹ ਉੱਧਰਲੇ ਪਾਸੇ ਜਾਣਾ ਚਾਹੁੰਦੇ ਆ ਅਤੇ ਇਹ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੱਡੇ ਮਤਭੇਦ ਪੈਦਾ ਕਰਨਗੀਆਂ। ਪਰ ਲੰਘੇ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਕਿ ਜੇਲ੍ਹ ਵਿਭਾਗ ਦੇ ਮੰਤਰੀ ਆ, ਉਹਨਾਂ ਦੀ ਇੱਕ ਗੱਲ ਬੜੀ ਮਹੱਤਵਪੂਰਨ ਆ। ਉਹ ਕਹਿੰਦੇ ਵੀ ਜੇਕਰ ਅੱਜ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਨੂੰ ਭੁੱਲ ਸਕਦੇ ਆ ਅਤੇ ਨੇੜੇ ਆ ਸਕਦੇ ਆ ਉਹਨਾਂ ਦੇ, ਜੇਕਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਭੁੱਲ ਕੇ ਉਹਨੂੰ ਲੜ ਲਾ ਸਕਦੇ ਆ, ਤਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਨੂੰ ਕਿਹੜੀ ਗੱਲੋਂ ਨਹੀਂ ਭੁੱਲਦੇ ਗੇ। ਉਹਨਾਂ ਨੂੰ ਚਾਹੀਦਾ ਕਿ ਨਵਜੋਤ ਸਿੰਘ ਦੇ ਟਵੀਟ ਵੀ ਭੁੱਲ ਜਾਣ। ਉਹਨਾਂ ਨੇ ਕਿਹਾ ਵੀ ਜਿਹੜੀ ਮਾਫ਼ੀ ਮੂਫੀ ਦੀ ਗੱਲ ਹੈ, ਇਹਦੇ ਵਿੱਚ ਹੁਣ ਕੋਈ ਤੁੱਕ ਨਹੀਂ, ਇਹਦੇ ਵਿੱਚ ਹੁਣ ਕੋਈ ਦਮ ਨਹੀਂ ਗਾ। ਜੇਕਰ ਤੁਹਾਨੂੰ ਇਹ ਲੱਗਦਾ ਸੀ ਕਿ ਮਾਫ਼ੀ ਮੰਗਵਾਉਣੀ ਆ ਪਹਿਲਾਂ, ਤਾਂ ਜਦੋਂ ਤੁਸੀਂ 3-ਮੈਂਬਰੀ ਕਮੇਟੀ ਦੇ ਮੂਹਰੇ ਪੇਸ਼ ਹੋਏ ਸੀ, ਜਦੋਂ ਤੁਸੀਂ ਕਾਂਗਰਸ ਹਾਈਕਮਾਨ ਦੇ ਮੂਹਰੇ ਪੇਸ਼ ਹੋਏ ਸੀ, ਤੁਸੀਂ ਉਦੋਂ ਇਹ ਸ਼ਰਤ ਰੱਖਦੇ ਜਦੋਂ ਪ੍ਰਧਾਨ ਬਣਾ ਦਿੱਤਾ ਗਿਆ, ਤੁਸੀਂ ਉਦੋਂ ਸ਼ਰਤ ਰੱਖੀ ਹੈ, ਹੁਣ ਇਹ ਸ਼ਰਤ ਦਾ ਕੀ ਮਤਲਬ ਹੈ। ਸੋ ਕਹਿਣ ਦਾ ਭਾਵ ਇਹ ਹੈ ਵੀ ਮਾਝੇ ਦੇ ਜਿਹੜੇ ਮੰਤਰੀਆਂ ਨੂੰ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਰਹੇ ਆ ਵੀ ਭਾਈ ਹੁਣ ਓਡੀ ਗੱਲ ਨਹੀਂ ਜਿਹੜੀ ਤੁਸੀਂ ਸਮਝੀ ਬੈਠੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਕੀ ਕਰਨਗੇ। ਇਹਦੇ ਬਾਬਤ ਇੱਕ ਹਫ਼ਤੇ ਦੇ ਵਿੱਚ ਪਤਾ ਲੱਗ ਜਾਣਾ। ਮੈਨੂੰ ਤਾਂ ਇਹ ਜਾਪਦਾ ਵੀ ਪਰਸੋਂ ਤੱਕ ਹੀ ਪਤਾ ਲੱਗ ਜਾਣਾ ਜਾਂ ਕੱਲ੍ਹ ਤੱਕ ਹੀ ਪਤਾ ਲੱਗ ਜਾਣਾ, ਕਿਉਂਕਿ ਜੇਕਰ 23 ਤਰੀਕ ਨੂੰ ਯਾਨੀ ਕਿ ਭਲਕੇ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਉਂਦੇ ਆ ਅਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਨਹੀਂ ਆਉਂਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਸਿੱਧੂ ਦੇ, ਅਤੇ ਫਿਰ ਪਤਾ ਲੱਗ ਜੂਗਾ ਜੀ ਕਿ ਇਹ ਦੋ ਧੜੇ ਪੱਕੇ ਹੋ ਗਏ ਆ, ਹੁਣ ਕੈਪਟਨ ਅਮਰਿੰਦਰ ਸਿੰਘ ਕੋਈ ਹੋਰ ਫੈਸਲਾ ਕਰਨਗੇ। ਅਤੇ ਜਾਂ ਫਿਰ ਆਉਂਦੇ ਸਮੇਂ 'ਚ ਉਦੋਂ ਪਤਾ ਲੱਗ ਜੂਗਾ ਜਦੋਂ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਹੋਇਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ ਕਿੰਨੀ ਕੁ ਚੱਲਦੀ ਆ, ਉਹ ਆਪਣੇ ਚਹੇਤਿਆਂ ਨੂੰ ਕਿੰਨਾ ਕੁ ਫਿੱਟ ਕਰਨ 'ਚ ਕਾਮਯਾਬ ਹੁੰਦੇ ਆ, ਜਿਹੜੇ ਬਗਾਵਤ ਕਰਦੇ ਸੀ ਉਹਨਾਂ ਦੇ ਖੰਭ ਕੁਤਰਨ ਦੇ ਵਿੱਚ ਕਿੰਨਾ ਕਾਮਯਾਬ ਹੁੰਦੇ ਆ। ਪਰ ਜੇਕਰ ਉਹ ਕਿਸੇ ਦੇ ਖੰਭ ਵੀ ਨਾ ਕੁਤਰ ਸਕੇ, ਜੇਕਰ
ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬੈਠੇ ਤਾਂ ਬੇਸ਼ੱਕ ਹੋਣਗੇ ਪਰ ਤਾਕਤਾਂ ਉਹਨਾਂ ਦੇ ਕੋਲੇ ਕੋਈ ਨਹੀਂ ਹੋਣੀਆਂ ਕਿ ਉਹਨੂੰ ਲਾ ਦਈਏ ਅਤੇ ਉਹਨੂੰ ਚੜ੍ਹਾ ਦਈਏ। ਸੋ ਇਹ ਵੇਲਾ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਚਹੇਤਿਆਂ ਦੇ ਲਈ ਜਿਹੜੇ ਵੀ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਅਹੁਦੇ ਦੇ ਉੱਤੇ ਆ ਉਹਨਾਂ ਦੇ ਲਈ ਸੰਕਟ ਵਾਲਾ ਕਹਿ ਲਈਏ ਜਾਂ ਨਿਰਾਸ਼ਾ ਵਾਲਾ ਕਹਿ ਲਈਏ, ਕਿਉਂਕਿ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਹਾਈਕਮਾਨ ਨੇ ਫੈਸਲਾ ਕਰ ਲਿਆ ਅੰਦਰ ਖਾਤੇ ਵੀ ਸਿੱਧੂ ਨੂੰ ਅੱਗੇ ਕਰਕੇ ਚੋਣ ਲੜੀ ਜਾਊਗੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਹ ਇਸ ਕਰਕੇ ਵੀ ਪ੍ਰਤੀਤ ਹੁੰਦਾ ਕਿਉਂਕਿ ਸਿੱਧੂ ਨੂੰ ਪ੍ਰਧਾਨ ਬਣੇ ਨੂੰ ਹਾਲੇ 3-4 ਦਿਨ ਹੋਏ ਆ। ਪ੍ਰਧਾਨ ਨੂੰ ਐਲਾਨਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕੈਪਟਨ ਨੇ ਚਿੱਠੀ ਲਿਖੀ ਸੀ ਸੋਨੀਆ ਗਾਂਧੀ ਨੂੰ ਕਿ ਸਿੱਧੂ ਪ੍ਰਧਾਨ ਨਾ ਬਣਾਇਆ ਜਾਵੇ, ਜੇਕਰ ਬਣਾਇਆ ਗਿਆ ਤਾਂ ਕਾਂਗਰਸ ਕਮਜ਼ੋਰ ਹੋ ਜੂਗੀ, ਅਗਲੀ ਚੋਣ ਜਿੱਤਣੀ ਔਖੀ ਹੋ ਜਾਣੀ ਹੈ। ਪਰ ਉਹਨਾਂ ਨੇ ਕੈਪਟਨ ਦੀ ਮੰਨੀ ਨਹੀਂ, ਅਗਲੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਤਾ। ਬਾਕੀ ਦੇਖੋ ਪੰਜਾਬ ਦੇ ਲੋਕਾਂ ਦਾ ਕੀ ਭਲਾ ਹੁੰਦਾ, ਪ੍ਰਧਾਨ ਨਵਾਂ ਬਣ ਗਿਆ, ਆਉਂਦੇ ਸਮੇਂ 'ਚ ਸ਼ਾਇਦ ਮੁੱਖ ਮੰਤਰੀ ਵੀ ਨਵਾਂ ਬਣ ਜੇ, ਪੰਜਾਬ ਦੇ ਲੋਕਾਂ ਦੇ ਮਸਲੇ ਕਿੰਨੇ ਕੁ ਹੱਲ ਹੁੰਦੇ ਆ, ਇਹਦੇ ਵੱਲ ਨਿਗਾਹ ਟਿਕੀ ਰਹਿਣੀ ਆ। ਕਿਸਾਨਾਂ ਦੇ ਵੱਲੋਂ ਅੱਜ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ, ਅਤੇ ਮੈਂ ਹੈਰਾਨ ਹੋ ਗਿਆ ਇਸ ਗੱਲ ਦੇ ਉੱਤੇ ਕਿ ਕੇਂਦਰ ਦੀ ਸਰਕਾਰ ਅਤੇ ਦਿੱਲੀ ਦੀ ਪੁਲਿਸ ਕਿਸਾਨਾਂ ਕੋਲੋਂ ਕਿਸ ਕਦਰ ਡਰੀ ਹੋਈ ਆ। ਉਹ ਇਹ ਗੱਲ ਕਹਿੰਦੇ ਆ ਵੀ ਕਿਤੇ ਕੁਝ ਨਾ ਕੁਝ ਅਣਸੁਖਾਵਾਂ ਨਾ ਵਾਪਰ ਜੇ, ਕਿਸਾਨ ਇਹ ਗੱਲ ਕਹਿੰਦੇ ਆ ਕਿ ਅਸੀਂ ਅਣਸੁਖਾਵੇਂ ਨੂੰ ਅੰਜਾਮ ਦੇਣ ਵਾਸਤੇ ਨਹੀਂ ਆ ਰਹੇ, ਨਾ ਅਸੀਂ ਅਣਸੁਖਾਵਾਂ ਕੁਝ ਪਹਿਲਾਂ ਪੈਦਾ ਕੀਤਾ ਸੀ ਨਾ ਅਸੀਂ ਹੁਣ ਕਰਨਾ ਚਾਹੁੰਦੇ ਹਾਂ। ਸਾਨੂੰ ਤਾਂ ਇਸ ਗੱਲ ਦਾ ਡਰ ਆ ਵੀ ਕਿਤੇ ਸਰਕਾਰ ਅਤੇ ਏਜੰਸੀਆਂ ਕੁਝ ਅਣਸੁਖਾਵਾਂ ਪੈਦਾ ਕਰਕੇ ਸਾਡੇ ਖਾਤੇ ਦੇ ਵਿੱਚ ਨਾ ਪਾ ਦੇਣ। ਕਿਸਾਨ ਹੋਰ ਗੱਲ ਤੋਂ ਡਰਦੇ ਆ ਅਤੇ ਕੇਂਦਰ ਦੀ ਸਰਕਾਰ ਅੱਗੋਂ ਹੋਰ ਪੇਸ਼ਕਾਰੀ ਕਰਦੀ ਆ। ਹੈਰਾਨੀ ਇਸ ਗੱਲ ਦੀ ਹੋਈ ਆ ਵੀ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੁਲਿਸ ਨੇ ਮੀਟਿੰਗ ਦਰ ਮੀਟਿੰਗ ਕੀਤੀ ਆ ਕਿਸਾਨਾਂ ਨਾਲ, ਅਤੇ ਐਨ ਮੌਕੇ ਦੇ ਉੱਤੇ ਆ ਕੇ ਗੱਲ ਕਹੀ ਹੈ ਕਿ ਸਾਡੀਆਂ ਗੱਡੀਆਂ ਅੱਗੇ ਪਿੱਛੇ ਜਾਇਆ ਕਰਨਗੀਆਂ, 200 ਤੋਂ ਵੱਧ ਕਿਸਾਨ ਜੰਤਰ ਮੰਤਰ 'ਤੇ ਪਹੁੰਚ ਨਹੀਂ ਸਕਦਾ, 11 ਵਜੇ ਤੋਂ ਲੈ ਕੇ ਸਵੇਰ ਤੋਂ ਅਤੇ ਸ਼ਾਮੀ 5 ਵਜੇ ਤੱਕ ਤੁਸੀਂ ਪ੍ਰਦਰਸ਼ਨ ਕਰ ਸਕਦੇ ਹਾਂ। ਯਾਨੀ ਕਿ ਇੰਨੇ ਪਹਿਰੇ ਦੇ ਵਿੱਚ ਪ੍ਰਦਰਸ਼ਨ ਲੈ ਕੇ ਵੀ ਆਵਾਂਗੇ, ਛੱਡ ਕੇ ਵੀ ਜਾਵਾਂਗੇ, 200 ਕਿਸਾਨ ਹੋਣ, ਅਤੇ ਨਾਲ ਇਹ ਵੀ ਗੱਲ ਕਹੀ ਗਈ ਹੈ ਜੀ ਕਿ ਸਾਰਿਆਂ ਦੇ ਕੋਲ ਆਪੋ ਆਪਣੇ ਪਛਾਣ ਪੱਤਰ ਹੋਣ ਤਾਂ ਪ੍ਰਦਰਸ਼ਨ ਕਰਨਾ। ਮੈਂ ਇਸ ਗੱਲ ਦੇ ਉੱਤੇ ਬੇਹੱਦ ਹੈਰਾਨ ਹਾਂ ਵੀ ਕੇਂਦਰ ਦੀ ਸਰਕਾਰ ਟਰੈਕਟਰ ਦੇ ਕੋਲੋਂ ਕਿਵੇਂ ਡਰਨ ਲੱਗ ਪਈ ਆ। ਟਰੈਕਟਰ ਆ ਜਿਹੜਾ ਉਹ ਕਿਸਾਨਾਂ ਦੇ ਪੁੱਤਾਂ ਵਰਗਾ, ਉਹ ਮਿੱਟੀ ਆ ਜਿਹੜੀ ਉਹਨੂੰ ਪੱਟ ਕੇ ਅਤੇ ਉਹਦੇ ਵਿੱਚ ਜਦੋਂ ਬੀਜ ਪੈਦਾ ਹੁੰਦਾ ਅਤੇ ਉਹਦੇ ਨਾਲ ਫਿਰ ਢਿੱਡ ਭਰਦਾ ਪੂਰੇ ਦੇਸ਼ ਦਾ, ਕਿਉਂਕਿ ਆਪਾਂ ਜਾਣਦੇ ਕਿ ਉਸ ਬੀਜ ਦੇ ਪੁੰਗਾਰੇ ਦੇ ਕਰਕੇ ਦੇਸ਼ ਚੱਲਦਾ। ਪਰ ਇੱਥੇ ਟਰੈਕਟਰ ਤੋਂ ਡਰੀ ਜਾਂਦੇ ਆ ਵੀ ਜਿਵੇਂ ਕਿਸੇ ਦੁਸ਼ਮਣ ਦੇਸ਼ ਦਾ ਟੈਂਕ ਆ ਗਿਆ ਹੁੰਦਾ, ਇਹ ਟਰੈਕਟਰ ਨੂੰ ਐਂ ਸਮਝੀ ਬੈਠੇ ਆ। ਸੋ ਲੰਘੇ ਕੱਲ੍ਹ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਕਿਸਾਨਾਂ ਦੇ ਲਈ ਵਚਨਬੱਧ ਆ ਸਾਰੇ ਮਸਲੇ ਹੱਲ ਕਰਨ ਦੇ ਲਈ। ਪਰ ਇਹ ਵੀ ਗੱਲ ਕਹੀ ਗਈ ਆ ਤੋਮਰ ਸਾਹਿਬ ਦੇ ਵੱਲੋਂ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਾਂ ਤਿਆਰ ਆ, ਪਰ ਕਿਸਾਨ ਜ਼ਿੱਦ ਛੱਡ ਕੇ ਆਉਣ, ਅਤੇ ਕਿਸਾਨ ਕਹਿੰਦੇ ਵੀ ਤੁਸੀਂ ਆਪਣੀ ਜ਼ਿੱਦ ਕਿਉਂ ਨਹੀਂ ਛੱਡਦੇ ਸਾਨੂੰ, ਕਿਉਂ ਕਹੀ ਜਾਂਦੇ ਵੀ ਤੁਸੀਂ ਜ਼ਿੱਦ ਛੱਡ ਦਿਓ, ਅਸੀਂ ਜ਼ਿੱਦ ਨਹੀਂ ਕਰਕੇ ਬੈਠੇ, ਅਸੀਂ ਤਾਂ ਬੇਨਤੀ ਕਰਨ ਆਏ ਹਾਂ ਵੀ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰ ਲਓ, ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ, ਤੁਸੀਂ ਇਹ ਵਾਪਸ ਲੈ ਲਓ। ਨਹੀਂ ਤਾਂ ਕਿਹਦਾ ਚਿੱਤ ਕਰਦਾ ਵੀ ਗੋਡੇ ਗੋਡੇ ਪਾਣੀ ਦੇ ਵਿੱਚ ਵੀ ਬੈਠੇ ਹੋ ਗਏ, ਕਿਹਦਾ ਚਿੱਤ ਕਰਦਾ ਵੀ ਭਾਈ ਇੰਨੀ ਠਾਰੀ ਹੋਵੇ ਪੋਹ ਮਾਘ ਦੇ ਵਿੱਚ ਫੇਰ ਬੈਠੇ ਰਹਿ ਗਏ, ਕਿਹਦਾ ਚਿੱਤ ਕਰਦਾ ਵੀ ਗਰਮੀ ਦੇ ਇਸ ਮੌਸਮ ਦੇ ਵਿੱਚ ਬੈਠੀਏ, ਕਿਹਦਾ ਚਿੱਤ ਕਰਦਾ ਨੇਰੀ ਝੱਖੜ ਝੁੱਲੇ ਦੇ ਵਿੱਚ ਬੈਠੇ ਰਹਿ ਗਏ, ਕੋਈ ਨਹੀਂ ਚਾਹੁੰਦਾ। ਪਰ ਕਿਸਾਨ ਮਜਬੂਰੀ ਦੇ ਵਿੱਚ ਬੈਠੇ ਆ, ਪਰ ਜਿਸ ਤਰੀਕੇ ਦੇ ਨਾਲ ਅੱਜ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਹੋਣਾ, ਜਿਸ ਤਰੀਕੇ ਦੇ ਨਾਲ ਸਾਰੀ ਯੋਜਨਾ ਉਲੀਕੀ ਗਈ ਹੈ, ਜਿਵੇਂ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਵੀ ਸ਼ਾਂਤਮਈ ਤਰੀਕੇ ਨਾਲ ਸਾਨੂੰ ਲਗਭਗ 8 ਮਹੀਨੇ ਹੋ ਗਏ ਪ੍ਰਦਰਸ਼ਨ ਕਰਦਿਆਂ, ਸਰਕਾਰ ਸਾਡੀ ਸੁਣਦੀ ਨਹੀਂ, ਲੋਕਾਂ ਨੂੰ ਪਤਾ ਲੱਗੇ ਵੀ ਇਹੋ ਜਿਹੀਆਂ 20 ਸਰਕਾਰਾਂ ਹੁੰਦੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਆਗਿਆ ਮਿਲ ਗਈ। ਇਹ ਇਜਾਜ਼ਤ 22 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਹੈ। ਪ੍ਰਦਰਸ਼ਨ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਵੇਗਾ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਸ਼ਰਤਾਂ ਦੇ ਨਾਲ ਪ੍ਰਦਰਸ਼ਨ ਦੀ ਮਨਜ਼ੂਰੀ ਦਿੱਤੀ ਹੈ। ਵੀਰਵਾਰ ਤੋਂ ਸ਼ੁਰੂ ਹੋ ਰਹੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਵਿੱਚ, ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਹੇ ਇਸ ਪ੍ਰਦਰਸ਼ਨ ਦੇ ਵਿੱਚ ਰੋਜ਼ਾਨਾ 200 ਤੋਂ ਵੱਧ ਕਿਸਾਨ ਸ਼ਾਮਲ ਨਹੀਂ ਹੋ ਸਕਣਗੇ। ਨਾਲ ਹੀ ਉਹਨਾਂ ਨੂੰ ਕੋਰੋਨਾ ਪ੍ਰੋਟੋਕੋਲ ਦਾ ਵੀ ਖਿਆਲ ਰੱਖਣਾ ਪਵੇਗਾ। ਇੱਕ ਨਿਊਜ਼ ਏਜੰਸੀ ਦੇ ਮੁਤਾਬਕ ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨ ਦੀ ਪਰਮਿਸ਼ਨ ਦਿੱਤੀ ਜਾ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਕਿਸਾਨ ਸਿੰਘੂ ਬਾਰਡਰ ਤੋਂ ਪੁਲਿਸ ਐਸਕੋਟ ਦੇ ਨਾਲ ਜੰਤਰ ਮੰਤਰ ਤੱਕ ਲਿਜਾਏ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਵਕਤ ਸੰਸਦ ਦਾ ਮੌਨਸੂਨ ਸੈਸ਼ਨ ਵੀ ਚਾਲੂ ਹੈ ਜਿਹੜਾ 13 ਅਗਸਤ ਤੱਕ ਚੱਲਣਾ। ਕਿਸਾਨ ਸੰਗਠਨਾਂ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਮੌਨਸੂਨ ਸੈਸ਼ਨ ਦੌਰਾਨ ਜੰਤਰ ਮੰਤਰ 'ਤੇ ਹੀ ਕਿਸਾਨ ਸੰਸਦ ਲਾਉਣਗੇ। ਇਸ ਦੌਰਾਨ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ। ਇਸ ਦੌਰਾਨ ਕੋਈ ਵੀ ਪ੍ਰਦਰਸ਼ਨਕਾਰੀ ਸੰਸਦ ਦੇ ਵਿੱਚ ਨਹੀਂ ਜਾਵੇਗਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਦੇ ਉੱਤੇ ਅੜੀ ਹੋਈ ਹੈ, ਜਦਕਿ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਮੰਗਾਂ ਬਣਵਾ ਕੇ ਜਾਵਾਂਗੇ ਜਾਂ ਫਿਰ ਸਾਡੀਆਂ ਲਾਸ਼ਾਂ ਇੱਥੋਂ ਆਪੋ ਆਪਣੇ ਘਰਾਂ ਨੂੰ ਜਾਣਗੀਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨਾਂ ਨੇ ਇਹ ਗੱਲ ਕਹੀ ਸੀ
ਤਾਂ ਉਸ ਤੋਂ ਬਾਅਦ ਅਸੀਂ ਉਹੀ ਰਵੱਈਆ ਅਪਣਾਵਾਂਗੇ ਜਿਹੋ ਜਿਹਾ ਰਵੱਈਆ ਪੁਲਿਸ ਦੇ ਵੱਲੋਂ ਸਾਡੇ ਉੱਤੇ ਅਪਣਾਇਆ ਜਾਊਗਾ। ਦਿੱਲੀ ਦੀ ਪੁਲਿਸ ਝੁਕੀ ਹੈ, ਪ੍ਰਦਰਸ਼ਨ ਕਰਨ ਦੀ ਆਗਿਆ ਮਿਲੀ ਹੈ, ਇਹ ਇੱਕ ਚੰਗੀ ਗੱਲ ਹੈ। ਪਰ ਬਹੁਤ ਵੱਡੀ ਅਤੇ ਚੰਗੀ ਗੱਲ ਉਦੋਂ ਹੋਊਗੀ ਜਦੋਂ ਕਿਸਾਨੀ ਮੰਗਾਂ ਬੰਨੀਆਂ ਗਈਆਂ। ਲੰਘੇ ਕੱਲ੍ਹ ਗੁਰਨਾਮ ਸਿੰਘ ਚੜੂਨੀ ਦਾ ਇੱਕ ਬਿਆਨ ਮੈਨੂੰ ਚੰਗਾ ਲੱਗਾ ਨਿੱਜੀ ਤੌਰ 'ਤੇ। ਉਹ ਕਹਿੰਦੇ ਵੀ ਦੇਖੋ, ਮੈਂ ਪਹਿਲਾਂ ਵੀ ਇਸ ਗੱਲ ਦੇ ਉੱਤੇ ਸੀ ਸਟੈਂਡ ਲਿਆ, ਅੱਜ ਵੀ ਲਿਆ ਕਿ ਸਾਡੇ ਮਸਲੇ ਉਦੋਂ ਹੱਲ ਹੋਣਗੇ ਜਦੋਂ ਅਸੀਂ ਆਪਣੇ ਭਾਈਚਾਰੇ ਦੇ ਵਿੱਚੋਂ ਕਿਸਾਨਾਂ ਨੂੰ ਚੁਣ ਕੇ ਅਤੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਭੇਜਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਿੰਨੀ ਕੁ ਦੇਰ ਤੱਕ ਇਹ ਗੱਲ ਕਹੀ ਜਾਵਾਂਗੇ ਕਿ ਬੀਜੇਪੀ ਨੂੰ ਵੋਟ ਨਾ ਪਾਓ, ਉਹਨੂੰ ਵੋਟ ਪਾ ਦਿਓ, ਉਹਨੂੰ ਵੋਟ ਨਾ ਪਾਓ, ਉਹਨੂੰ ਵੋਟ ਪਾ ਦਿਓ। ਜੇ ਅੱਜ ਯੂਪੀ ਦੇ ਵਿੱਚ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਤਾਂ ਮੰਨ ਲਓ ਵੋਟ ਪੈ ਜਾਂਦੀ ਸਮਾਜਵਾਦੀ ਪਾਰਟੀ ਨੂੰ, ਕਾਂਗਰਸ ਨੂੰ ਜਾਂ ਬਸਪਾ ਨੂੰ, ਤਾਂ ਕੀ ਉਹ ਕਿਸਾਨੀ ਮਸਲੇ ਹੱਲ ਕਰਨਗੀਆਂ ਪਾਰਟੀਆਂ? ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਸੋ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਵੇਂ ਮੈਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਪੱਕੇ ਤੌਰ 'ਤੇ ਕੱਢ ਦਿੱਤਾ ਜਾਵੇ, ਪਰ ਮੈਂ ਕਿਸਾਨ ਅੰਦੋਲਨ ਦੇ ਫਿਰ ਵੀ ਨਾਲ ਰਹੂੰਗਾ। ਮੈਂ ਲਗਾਤਾਰ ਇੱਥੇ ਜੋਸ਼ ਭਰਦਾ ਰਹੂੰਗਾ, ਮੈਂ ਲਗਾਤਾਰ ਕਿਸਾਨਾਂ ਦੇ ਕਾਫਲੇ ਲੈ ਕੇ ਆਉਂਦਾ ਰਹੂੰਗਾ। ਸੋ ਚੜੂਨੀ ਸਾਹਿਬ ਆਪਣੀ ਥਾਂ ਦੇ ਉੱਤੇ ਠੀਕ ਗੱਲ ਕਹਿੰਦੇ ਆ, ਪਰ ਕਿਸਾਨਾਂ ਦੇ ਵੱਲੋਂ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਸਾਡੇ ਮਨ ਦੇ ਵਿੱਚ ਇਸ ਗੱਲ ਦਾ ਤੌਖਲਾ ਵੀ ਰਾਜਨੀਤਿਕ ਪਾਰਟੀਆਂ ਇਸ ਗੱਲ ਨੂੰ ਮੁੱਦਾ ਨਾ ਬਣਾ ਲੈਣ ਵੀ ਇਹ ਕੋਈ ਕਿਸਾਨ ਅੰਦੋਲਨ ਵਾਸਤੇ ਨਹੀਂ ਆਏ, ਇਹ ਕੋਈ ਖੇਤੀ ਕਾਨੂੰਨਾਂ ਦੇ ਖਿਲਾਫ਼ ਨਹੀਂ ਆਏ, ਇਹ ਤਾਂ MLA ਬਣਨ ਵਾਸਤੇ ਆਏ ਸੀ, ਇਹ ਤਾਂ ਚੋਣਾਂ ਲੜਨ ਵਾਸਤੇ ਆਏ ਸੀ। ਪੰਜਾਬ ਦੇ ਕਿਸਾਨ ਆਗੂ ਇਹ ਗੱਲ ਕਹਿੰਦੇ ਵੀ ਅਸੀਂ ਇਸ ਕਰਕੇ ਇਸ ਬਿਆਨ ਤੋਂ ਕਿਨਾਰਾਕਸ਼ੀ ਕਰ ਰਹੇ ਹਾਂ ਵੀ ਕਿਤੇ ਚੜੂਨੀ ਸਾਹਿਬ ਦਾ ਬਿਆਨ ਆ ਜਿਹੜਾ ਉਹ ਹੋਰ ਰੰਗਤ ਨਾ ਲੈ ਜੇ। ਤੁਸੀਂ ਹੈਰਾਨ ਹੋ ਜਾਣਾ ਵੀ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਵੀ ਚੀਨ ਦੇ ਫੌਜੀ ਲੱਦਾਖ ਦੇ ਵੱਲ ਕਿੰਨਾ ਕੁ ਖਿਸਕ ਕੇ ਉਰਲੇ ਪਾਸੇ ਆ ਗਏ ਆ। ਇਹ ਵੀ ਪਤਾ ਵੀ ਵੱਖ ਵੱਖ ਦੁਸ਼ਮਣ ਦੇਸ਼ ਆ ਜਿਹੜੇ ਸਾਡੇ, ਉਹ ਭਾਰਤ ਦੇ ਵਿੱਚ ਕੀ ਤਰਕੀਬਾਂ ਸੋਚ ਰਹੇ ਆ ਗਲਤ ਕੰਮ ਕਰਨ ਦੇ ਲਈ। ਇਹ ਵੀ ਪਤਾ ਵੀ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕੁਝ ਗਲਤ ਅਨਸਰ ਆ ਜਿਹੜੇ ਉਹ ਆਪਣੀਆਂ ਚਲਾਉਣ ਨੂੰ ਫਿਰਦੇ ਆ, ਪਰ ਇਸ ਗੱਲ ਦਾ ਕੇਂਦਰ ਦੀ ਸਰਕਾਰ ਨੂੰ ਬਿਲਕੁਲ ਨਹੀਂ ਪਤਾ ਵੀ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਆ ਅਤੇ ਕਿੰਨੇ ਕਿਸਾਨ ਬਾਰਡਰਾਂ ਦੇ ਉੱਤੇ ਇਸ ਵਕਤ ਮੌਤ ਦੀ ਬੁੱਕਲ 'ਚ ਜਾ ਪਏ ਆ, ਕਿੰਨੇ ਮਜ਼ਦੂਰਾਂ ਦੀ ਮੌਤ ਹੋਈ ਆ। ਨਰਿੰਦਰ ਸਿੰਘ ਤੋਮਰ ਨੇ ਲੰਘੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਜਦੋਂ ਕਿ ਸਾਨੂੰ ਕੁਛ ਨਹੀਂ ਪਤਾ ਵੀ ਕਿੰਨੇ ਕਿਸਾਨ ਖੁਦਕੁਸ਼ੀ ਕਰ ਗਏ ਜਾਂ ਕਿੰਨੇ ਕਿਸਾਨਾਂ ਦੀ ਮੌਤ ਹੋਈ ਆ। ਉਹ ਕਹਿੰਦੇ ਬਾਰਡਰ ਦੇ ਉੱਤੇ ਜਿਹੜੀਆਂ ਮੌਤਾਂ ਹੋਈਆਂ ਨਾ ਸਾਡੇ ਕੋਲ ਇਹਦੇ ਬਾਬਤ ਕੋਈ ਰਿਕਾਰਡ ਨਹੀਂ ਗਾ। ਰਿਕਾਰਡ ਰੱਖਣਾ ਕਿਹਨੇ ਸੀ ਪਹਿਲਾਂ ਤਾਂ ਸਵਾਲ ਇਹ ਆ, ਰਿਕਾਰਡ ਸਰਕਾਰਾਂ ਨੇ ਰੱਖਣਾ ਹੁੰਦਾ। ਇਹ ਕਿਸਾਨਾਂ ਨੇ ਥੋੜ੍ਹੀ ਕਹਿਣਾ ਵੀ ਸਾਡਾ ਇੱਕ ਆਹ ਭਰਾ ਮਰ ਗਿਆ, ਸਾਡਾ ਇੱਕ ਆਹ ਭੈਣ ਤੁਰ ਗਈ ਆ, ਸਾਡਾ ਆਹ ਮਜ਼ਦੂਰ ਵੀਰ ਮਰ ਗਿਆ। ਸੋ ਇਹ ਸਰਕਾਰਾਂ ਦਾ ਕੰਮ ਹੁੰਦਾ ਜਦੋਂ ਅਖਬਾਰਾਂ ਦੇ ਵਿੱਚ ਜਾਣਕਾਰੀ ਸਾਹਮਣੇ ਆ ਜੇ। ਦੂਜੀ ਗੱਲ ਇਹ ਵੀ ਲੰਘੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਬੇਹੱਦ ਨਮੋਸ਼ੀ ਵਾਲੀ ਗੱਲ ਹੋਈ ਹੈ, ਸਾਰੀ ਦੁਨੀਆ ਜਾਣਦੀ ਹੈ, ਪੂਰੇ ਭਾਰਤ ਦੇ ਵਿੱਚ ਇਹ ਗੱਲ ਫੈਲੀ ਹੈ ਵੀ ਭਾਈ ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ ਹਸਪਤਾਲਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ। ਪਰ ਕੇਂਦਰ ਦੇ ਵੱਲੋਂ ਸੰਬੰਧਿਤ ਰਾਜ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਸਾਡੇ ਕੋਲ ਇਹਦਾ ਵੀ ਕੋਈ ਰਿਕਾਰਡ ਨਹੀਂ ਵੀ ਆਕਸੀਜਨ ਦੀ ਘਾਟ ਦੇ ਕਰਕੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਉਹ ਕਹਿੰਦੇ ਜੀ ਕਿ ਇਹ ਤਾਂ ਕੰਮ ਰਾਜ ਸਰਕਾਰਾਂ ਦਾ ਹੁੰਦਾ, ਸੂਚਨਾ ਇਕੱਤਰ ਕਰਨਾ, ਸਾਰੇ ਅੰਕੜੇ ਇਕੱਠੇ ਕਰਨਾ, ਇਹ ਸਾਡੇ ਕੋਲ ਕੋਈ ਜਾਣਕਾਰੀ ਨਹੀਂ। ਸਾਨੂੰ ਸਿਰਫ ਇੰਨਾ ਕੁ ਪਤਾ ਵੀ ਆਕਸੀਜਨ ਦੀ ਖਪਤ ਆ ਜਿਹੜੀ ਉਹ ਵੱਧ ਹੋਈ ਹੈ, ਪਹਿਲਾਂ ਕੁਝ ਮੀਟਰਕ ਟਨ ਸੀ, ਇਹ ਬਾਅਦ ਦੇ ਵਿੱਚ ਬਹੁਤ ਵੱਡੀ ਮੀਟਰਕ ਟਨ ਦੇ ਰੂਪ ਦੇ ਵਿੱਚ ਸਾਨੂੰ ਮੁਹੱਈਆ ਕਰਵਾਉਣੀ ਪਈ ਹੈ। ਹੋਰ ਸਭ ਗੱਲਾਂ ਦਾ ਪਤਾ ਵੀ ਕਿਹੜਾ ਦੇਸ਼ ਸਾਡੇ ਬਾਰੇ ਕੀ ਕਹਿੰਦਾ, ਇਹ ਨਹੀਂ ਪਤਾ ਵੀ ਸਾਡੇ ਦੇਸ਼ ਦੇ ਕਿੰਨੇ ਲੋਕ ਮਰ ਗਏ, ਕਿੰਨੇ ਲੋਕ ਸ਼ਹੀਦ ਹੋ ਗਏ, ਇਹਦੇ ਬਾਬਤ ਉਹਨਾਂ ਨੇ ਘੇਸਲ ਮਾਰ ਕੇ ਰੱਖੀ ਹੈ ਜਾਂ ਫਿਰ ਦੱਸਣਾ ਨਹੀਂ ਚਾਹੁੰਦੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਰਾਜ ਸਭਾ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ KC ਵੇਣੂਗੋਪਾਲ ਨੇ ਸਰਕਾਰ ਨੂੰ ਸਵਾਲ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਆਕਸੀਜਨ ਦੀ ਕਮੀ ਕਰਕੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੀ ਮੌਤ ਹੋਈ। ਇਸ ਸਵਾਲ ਦੇ ਉੱਤੇ ਕੇਂਦਰ ਦੇ ਵੱਲੋਂ ਸਿਹਤ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਨ ਪਵਾਰ ਨੇ ਲਿਖਤੀ ਤੌਰ ਦੇ ਉੱਤੇ ਜਵਾਬ ਦਿੱਤਾ ਕਿ ਸਿਹਤ ਸੂਬਿਆਂ ਦਾ ਵਿਸ਼ਾ ਹੈ, ਉਹਨਾਂ ਦੇ ਵੱਲੋਂ ਯਾਨੀ ਕਿ ਸੂਬਿਆਂ ਦੇ ਵੱਲੋਂ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਸੂਚਨਾ ਦਿੱਤੀ ਜਾਂਦੀ ਰਹੀ ਹੈ, ਪਰ ਇਹਦੇ ਵਿੱਚ ਆਕਸੀਜਨ ਦੀ ਘਾਟ ਦੇ ਕਰਕੇ ਕਿਸੇ ਵੀ ਮੌਤ ਦੀ ਕੋਈ ਸੂਚਨਾ ਨਹੀਂ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੇਂਦਰ ਨੇ ਕਿਵੇਂ ਪਾਸਾ ਪਲਟਿਆ। 1 ਮਈ ਨੂੰ ਦਿੱਲੀ ਹਾਈਕੋਰਟ ਦੀ ਜਾਣਕਾਰੀ ਹੈ, ਦਿੱਲੀ ਦੇ ਬੱਤਰਾ ਹਸਪਤਾਲ ਨੇ ਹਾਈਕੋਰਟ ਨੂੰ ਦੱਸਿਆ ਕਿ ਆਕਸੀਜਨ ਦੀ ਕਮੀ ਨਾਲ 12 ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਸੁਧਾਂਸ਼ੂ ਬਨਕਟਾ ਨੇ ਕੋਰਟ ਦੇ ਵਿੱਚ ਇਹ ਗੱਲ ਕਹੀ ਕਿ ਇੱਥੇ ਆਕਸੀਜਨ ਖਤਮ ਹੋ ਗਈ ਸੀ, ਸਮੇਂ ਦੇ ਉੱਤੇ ਸਪਲਾਈ ਨਾ ਮਿਲ ਸਕਣ ਕਰਕੇ ਮਰੀਜ਼ਾਂ ਦੀ ਜਾਨ ਚਲੀ ਗਈ। ਦੂਜਾ ਮਾਮਲਾ ਵੀ ਇਸੇ ਤਰੀਕੇ ਨਾਲ ਸਾਹਮਣੇ ਆਇਆ, ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਨੇ ਹਾਈਕੋਰਟ ਨੂੰ ਦੱਸਿਆ ਕਿ 24 ਅਪ੍ਰੈਲ ਨੂੰ ਆਕਸੀਜਨ ਦੀ ਕਮੀ ਦੇ ਕਰਕੇ ਹਸਪਤਾਲ ਦੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਤੀਜਾ ਮਾਮਲਾ 21 ਜੁਲਾਈ ਨੂੰ ਸਾਹਮਣੇ ਆਇਆ, ਕਰਨਾਟਕ ਹਾਈਕੋਰਟ ਦੀ ਬਣਾਈ ਗਈ ਇੱਕ ਕਮੇਟੀ ਨੇ ਇਹ ਜਾਣਕਾਰੀ ਹਾਸਲ ਕੀਤੀ ਕਿ ਦੂਜੀ ਲਹਿਰ ਦੌਰਾਨ ਚਾਮਰਾਜਨਗਰ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ 36 ਲੋਕਾਂ ਦੀ ਮੌਤ ਹੋ ਗਈ। ਉਪ ਮੁੱਖ ਮੰਤਰੀ ਨੇ ਇਸ ਰਿਪੋਰਟ ਦੇ ਅੰਕੜਿਆਂ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਆਕਸੀਜਨ ਦੀ ਘਾਟ ਦੇ ਕਰਕੇ ਕੋਈ ਵੀ ਮੌਤ ਨਹੀਂ ਹੋਈ। 6 ਅਪ੍ਰੈਲ ਤੋਂ ਲੈ ਕੇ 19 ਮਈ ਦਰਮਿਆਨ ਆਕਸੀਜਨ ਦੀ ਘਾਟ ਦੇ ਕਰਕੇ 629 ਮੌਤਾਂ ਦੀ ਜਾਣਕਾਰੀ ਆਈ, ਪਰ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ
कि सानू 43 दिनों दे विच जां उस तो अगे पिछे आक्सीजन दे नाल किन्ने लोगों की मौत होई घट दे करके इहदे बाबत कोई भी जानकारी नहीं है। इस खबर के उत्तर टिप्पणी करदे दोस्तों पहली गल तां असीं कहांगे जेकर मनुख की कदर की जाती होवे सरकारां दे वल्लों तां पता होवे भी किहड़े घर दे विच सत्थर विछ गया ते किहड़े कारणां करके विछ गया। हस्पतालां दे विचों वड्डी गिणती दे विच इहो जिहे जिन्हां ने लुट मचाई पूरी दी पूरी कोरोना दे विच, आक्सीजन की घाट के करके लोगों की मौत होंदी रही। सारे सूबे दीआं सरकारां केंद्र के मूहरे तरले कर दीआं रहीआं ते केंद्र दी सरकार दे मंत्री ये गल कहिंदे कि साडे कोले कोई जानकारी नहीं आक्सीजन की घाट करके किन्ने लोगों की मौत होई है। जेकर नहीं पता तो फिर अखबारों दीआं सुरखियां पढ़ लो, इहनूं कहिड़ा 10 वरे हो गए भी पता नहीं लगना। तुसीं इउं करो भी पिछले महीने दीआं अखबारां कढ लो जां फिर उस तो पिछले महीने दीआं अखबारां कढ लो ते सारीआं जानकारीआं तुहाडे सामने आ जाणीआं। सब कुछ पता होण दे बावजूद जदों इहो जिहीआं गल्लां कीतीआं जाण तां सरकारां दी नीत दे उत्ते सवाल खड़े होणे कुदरती आ, सरकारां दी कहिणी करनी दे उत्ते सवाल खड़े होणे कुदरती आ। ये वो सरकारां जिहड़ियां कहिंदीआं हुंदीआं कि आज़ादी तो बाद असीं देश दा नक्श सवार दित्ता, इन्हां नूं यह नहीं पता भी भाई किन्ने लोग मर गए, जां ये दसना नहीं चाहुंदे भी किन्ने लोग मर गए साडियां अणगहलियां दे करके, क्योंकि मरे तो ये बेचारे सरकारां दीआं अणगहलियां करके आ। कोई भी बंदा जेब नूं पैसा दे नाल भर के ते आपदे किसी पीड़ित नूं आपदे किसी बीमार मैंबर नूं हस्पताल लैके जांदा भी भाई इहदा इलाज करवा लां, उत्थे पैसे भी निकल जांदे आ, उत्थे मौत भी हो जाती है लाश मिलती बदले दे विच पैसों के बदले। तो सरकारां कहिंदियां सानू इहदे बाबत कोई जानकारी नहीं, पता नहीं साडे देश दे विच होई की जांदा। खबरां दे उत्ते विचार चर्चा दोस्तों होर भी की जा सकती सी पर जो वक्त की घाटी रुकण का इशारा कर रही है, कल नूं इसे वेले खबर की खबर लैके फिर हाज़र होवांगे। उदों तक लई आ गए दिओ, बहुत बहुत मेहरबानी।